ਜੀ ਸਸਟੇ ਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ ਹੁਣੀਆਂ ਇਸ ਸਸਤਾ ਹੋਇਆ ਪੈਟਰੋਲ ਡੀਜ਼ਲ ਖਬਰ ਨੂੰ ਨਿਸ਼ਚਿਤ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਮਾਤ ਤੋਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੋਮਤਾਰੀ ਬਾਜ਼ਾਰ ਦੇ ਵਿੱਚ ਸ਼ੁੱਕਰਵਾਰ ਨੂੰ ਕੱਚੇ ਤੇਲ ਦੀ ਕੀਮਤਾਂ 'ਚ ਗਰਾਵਟ ਦੇ ਨਾਲ ਬੰਦ ਹੋਇਆ ਹੈ ਕੱਚੇ ਤੇਲ ਨੇ ਕੀਮਤਾਂ 'ਚ ਆਈ ਨਰਮੀ ਨੇ ਇੰਨਾਂ ਦੀ ਕੀਮਤਾਂ ਤੇ ਜ਼ਿਆਦਾ ਅਸਰ ਨਹੀਂ ਪਾਇਆ ਇਸ ਦੌਰਾਨ ਦੇਸ਼ ਦੀਆਂ ਤੇਲ ਮਾਰਕETING ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਨੇ ਭਾਰਤ ਦੇ ਵਿੱਚ ਹਰ ਰੁੱਸਵੀਂ ਸ਼ੀਵਜ ਇੰਦਨ ਦੀਆਂ ਕੀਮਤਾਂ ਦੇ ਵਿਸੋਧ ਕੀਤੀ ਜਾਂਦੀ ਹੈ ਜੂਨ 2017 ਤੋਂ ਪਹਿਲਾਂ ਕੀਮਤ ਸੁਸ਼ੋਧਨ ਹਰ 15 ਦਿਨਾਂ ਬਾਅਦ ਕੀਤਾ ਜਾਂਦਾ ਸੀ ਉੱਤਰ ਪ੍ਰਦੇਸ਼ ਚੰਡਾ ਪ੍ਰਦੇਸ਼ ਕਰਨਾਟਕ ਗੁਜਰਾਤ ਤੇ ਹਰਿਆਣਾ ਦੇ ਵਿੱਚ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਗਿਆ ਜਦਕਿ ਪੰਜਾਬ ਬਰਜਿਸਤਾਨ ਜੰਮੂ ਕਸ਼ਮੀਰ ਦੇ ਵਿੱਚ ਤੇਗਲੀਗੰਦਾ ਦੇ ਵਿੱਚ ਕਮੀ ਆਈ ਹੈ ਆਓ ਜਾਣਦੇ ਹਾਂ ਚਾਰ ਮਾਨਗਰਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਨੇ ਕੀਮਤਾਂ ਦਿੱਲੀ ਚ ਪੈਟਰੋਲ 96 ਪੇ ਤੇ ਡੀਜ਼ਲ 89.62 ਰੁਪਏ ਮੁੰਬਈ ਦੇ ਵਿੱਚ ਪੈਟਰੋਲ 106.31 ਰੁਪਏ ਪੈਸੇ ਤੇ ਡੀਜ਼ਲ 20.27 ਰੁਪਏ ਕੋਲਕੱਤਾ ਦੇ ਵਿੱਚ 106 ਰੁਪਏ ਪੈਟਰੋਲ ਤੇ ਚੇਨਈ ਦੇ ਵਿੱਚ 102 ਰੁਪਏ ਪੈਟਰੋਲ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੋੜਾ ਬਹੁਤ ਬਹੁਤ ਧੰਨਵਾਦ